ਅਸਲਾਮੁਅਲੈਕਮ ਜਨਾਬ, ਇਹ ਨੋਕੀਆ 3310 ਹੈ। ਇਹਦੇ ਬਟਨਾਂ ਦਾ ਮਸਲਾ ਨਿਕਲਿਆ ਸੀ। 3, 6, 9 ਐਸ਼ ਮੈਂ ਹੱਲ ਕੀਤਾ ਮਸਲਾ, ਅਤੇ ਮੈਂ ਕਿਹਾ ਚਲੋ ਮੈਂ ਦੋਸਤਾਂ ਨੂੰ ਵੀ ਦੱਸਾਂ, ਅਤੇ ਜੇ ਤੁਹਾਡਾ ਕੰਮ ਹੋ ਗਿਆ ਮੇਰੀ ਵੀਡੀਓ ਵੇਖ ਕੇ, ਤਾਂ ਜਨਾਬ ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰ ਦਿਓ, ਵੀਡੀਓ ਲਾਈਕ ਕਰ ਦਿਓ। ਅਤੇ ਇਹਦੇ ਬਟਨ ਖਰਾਬ ਸਨ। ਕਿਸੇ ਟਾਈਮ ਇੰਝ ਹੁੰਦਾ ਕਿ ਸਾਡੀ ਸਟਿਪ ਖਰਾਬ ਹੁੰਦੀ ਹੈ। ਇਹਦਾ ਸਲਿਊਸ਼ਨ ਵੈਸੇ ਨੈੱਟ 'ਤੇ ਹੈ ਵੇ ਸਟਿਪ ਦਾ, ਲੇਕਿਨ ਇਹ ਕਿਸੇ ਟਾਈਮ ਇੰਝ ਹੁੰਦਾ ਕਿ ਅੰਦਰੋਂ ਕਿਧਰੋਂ ਡੈਮੇਜ ਹੋ ਜਾਂਦਾ ਅਤੇ ਕੰਮ ਨਹੀਂ ਕਰਦਾ। ਠੀਕ ਹੈ, ਇਹਦੇ ਇਹ ਜਿਹੜੇ ਪੁਆਇੰਟ ਨੇ ਬਾਹਰ ਵਾਲੇ ਨਹੀਂ ਸਨ ਬੋਲਦੇ। ਅਕਸਰ ਇਹ ਹੀ ਮਸਲਾ ਨਿਕਲਦਾ, ਅੰਦਰ ਵਾਲੇ ਬੋਲਦੇ ਹੁੰਦੇ ਨੇ, ਬਾਹਰ ਵਾਲੇ ਨਹੀਂ ਬੋਲਦੇ। ਇਹ ਐਵੇਂ, ਲੇਕਿਨ ਇਹਦੇ ਨਾਲ ਹਾਲ ਨਹੀਂ। ਕਿਸੇ ਟਾਈਮ ਵਿੱਚੋਂ ਡੈਮੇਜ ਹੁੰਦੇ ਨੇ ਅਤੇ ਬਟਨ ਖਰਾਬ ਹੋ ਜਾਂਦੇ ਨੇ। ਅਤੇ ਇਹਦਾ ਹਾਲ ਮੈਂ ਤੁਹਾਨੂੰ ਦੱਸਿਆ ਕਿ ਇਹ ਜਿਹੜਾ ਪੁਤਲਾ ਬੈਸਟਰ, ਇੱਥੇ ਤੁਸੀਂ ਜੰਪਰ ਕਰਨਾ ਇਹਨੂੰ, ਠੀਕ ਹੈ। ਉਸ ਤੋਂ ਬਾਅਦ ਦੂਸਰਾ ਤੁਹਾਨੂੰ ਬੋਰਡ 'ਤੇ ਕਿੱਥੇ ਕਰਨਾ, ਉਹ ਵੀ ਮੈਂ ਦੱਸ ਦਿੰਦਾ। ਤੁਹਾਡੇ ਇਹ 4 ਬਟਨ ਕੰਮ ਕਰਨਗੇ ਨੋਕੀਆ 3310 ਦੇ। ਇਹਦਾ ਜੰਪਰ ਕਿੱਥੇ ਕਰਨਾ ਹੈ, ਇਹ ਜੰਪਰ ਤੁਸੀਂ ਵੇਖੋ ਦੇ ਹੋਏ ਆ ਦੂਸਰੇ ਨੰਬਰ 'ਤੇ। ਇਹ 4 ਪੁਆਇੰਟ ਨੇ, ਪਹਿਲਾਂ ਛੱਡ ਦੇਣਾ, ਦੂਸਰੇ ਨੰਬਰ 'ਤੇ ਜੰਪਰ ਕਰ ਲੈਣਾ। ਉਧਰੋਂ ਜਿਹੜਾ ਉੱਥੇ ਤੁਹਾਨੂੰ ਦੱਸਿਆ ਉਹਦੇ ਤੋਂ ਜੰਪਰ ਕਰਕੇ ਅਤੇ ਇੱਥੇ ਕਰ ਲੈਣਾ, ਤੁਹਾਡੇ ਇਨਸ਼ਾਅੱਲਾ ਬਟਨ ਜਿਹੜੇ ਨੇ ਚੱਲਣਗੇ। ਅਗਰ ਤੁਹਾਡਾ ਮਸਲਾ ਹੱਲ ਹੋ ਜਾਏ ਮੇਰੀ ਇਸ ਵੀਡੀਓ ਨਾਲ, ਤਾਂ ਜਨਾਬ ਮਿਹਰਬਾਨੀ ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰ ਦਿਓ ਅਤੇ ਵੀਡੀਓ ਨੂੰ ਲਾਈਕ ਕਰ ਦਿਓ। ਮਿਹਰਬਾਨੀ।